ਹੈਲੋ ਸਟੂਡੈਂਟਸ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ HighFi Exams Study ਤੇ ਹਾਜ਼ਰ ਹਾਂ ਮੈਂ ਤੁਹਾਡੇ ਨਾਲ ਫਿਰ 2017 ਦੇ ਮਾਸਟਰ ਕੈਡਰ ਦੇ ਪੇਪਰ ਦੇ ਨਾਲ ਆਪਣਾ ਇਹ ਤੀਸਰਾ ਭਾਗ ਆ ਗਿਆ 25 25 ਕੁਐਸਚਨ ਆਪਾਂ ਦੋ ਵਾਰ ਕਰ ਚੁੱਕੇ ਹਾਂ ਇਹ ਤੀਸਰੀ ਵਾਰ ਫੇਰ ਆ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵੀਡੀਓ ਪ੍ਰਸ਼ਨ ਪਹਿਲਾ ਗੁਲਵਾਨੋ ਕਹਾਣੀ ਦਾ ਲੇਖਕ ਹੈ অপশন ਪਹਿਲਾ अजीत कौर गुलवानो ਕਹਾਣੀ ਦੀ ਲੇਖਿਕਾ ਹੈ अजीत कौर ਪ੍ਰਸ਼ਨ ਦੂਸਰਾ ਜਸਵੰਤ ਸਿੰਘ ਕਵਲ ਕਿਸ ਪ੍ਰਵਿਰਤੀ ਨਾਲ ਸੰਬੰਧਿਤ ਹੈ অপਸ਼ਨ ਪਹਿਲਾ ਪ੍ਰਗਤੀਵਾਦੀ ਜਸਵੰਤ ਸਿੰਘ ਕਵਲ ਪ੍ਰਗਤੀਵਾਦੀ ਪ੍ਰਵਿਰਤੀ ਨਾਲ ਸੰਬੰਧਿਤ ਹੈ ਪ੍ਰਸ਼ਨ ਤੀਜਾ ਤੂਤਾਂ ਵਾਲਾ ਖੂ ਨਾਵਲ ਦਾ ਲੇਖਕ ਕੌਣ ਹੈ অপਸ਼ਨ ਤੀਜਾ ਸੋਨ ਸਿੰਘ ਸੀਤਲ ਤੂਤਾਂ ਵਾਲਾ ਖੂ ਨਾਵਲ ਦਾ ਲੇਖਕ ਸੋਨ ਸਿੰਘ ਸੀਤਲ ਹਨ ਪ੍ਰਸ਼ਨ ਚੌਥਾ ਅੰਨੇ ਘੋੜੇ ਦਾ ਦਾਨ ਕਿਸ ਦੀ ਰਚਨਾ ਹੈ? ਆਪਸ਼ਨ ਤੀਸਰਾ ਗੁਰਦਿਆਲ ਸਿੰਘ ਅੰਨੇ ਘੋੜੇ ਦਾ ਦਾਨ ਗੁਰਦਿਆਲ ਸਿੰਘ ਦੀ ਰਚਨਾ ਹੈ। ਪ੍ਰਸ਼ਨ ਪੰਜਵਾਂ ਪਵਿੱਤਰ ਪਾਪੀ ਇੱਕ ਆਪਸ਼ਨ ਚੌਥਾ ਨਾਵਲ ਹੈ ਜੀ। ਪਵਿੱਤਰ ਪਾਪੀ ਇੱਕ ਨਾਵਲ ਹੈ। ਪ੍ਰਸ਼ਨ ਛੇਮਾ ਕਿਹੜੀ ਰਚਨਾ ਨਾਵਲ ਹੈ? ਆਪਸ਼ਨ ਪਹਿਲਾ ਪ੍ਰਤਾਪੀ। ਪ੍ਰਤਾਪੀ ਰਚਨਾ ਨਾਵਲ ਹੈ। ਪ੍ਰਸ਼ਨ 7ਵਾਂ ਕਿਸ ਨਾਵਲ ਉੱਪਰ ਪੰਜਾਬੀ ਫਿਲਮ ਬਣੀ ਹੋਈ ਹੈ? ਆਪਸ਼ਨ ਤੀਸਰਾ ਮੜੀ ਦਾ ਦੀਵਾ ਗੁਰਦਿਆਲ ਸਿੰਘ ਦਾ ਨਾਵਲ ਹੈ। ਇਸ ਉੱਪਰ ਫਿਲਮ ਬਣੀ ਹੋਈ ਹੈ ਜੀ ਪੰਜਾਬੀ ਫਿਲਮ ਮੜੀ ਦਾ ਦੀਵਾ ਜੋ ਕਿ ਗੁਰਦਿਆਲ ਸਿੰਘ ਦਾ ਨਾਵਲ ਹੈ ਇਸ ਤੇ ਪੰਜਾਬੀ ਫਿਲਮ ਬਣੀ ਹੋਈ ਹੈ। ਪ੍ਰਸ਼ਨ 8ਵਾਂ ਪੰਜਾਬੀ ਗਲਪ ਦਾ ਮੋਢੀ ਕੌਣ ਜੀ? ਭਾਈ ਵੀਰ ਸਿੰਘ। ਪੰਜਾਬੀ ਗਲਪ ਦਾ ਮੋਢੀ ਭਾਈ ਵੀਰ ਸਿੰਘ। ਪ੍ਰਸ਼ਨ 9ਵਾਂ ਨਾਵਲ ਆਪਸ਼ਨ ਤੀਸਰਾ ਨਾਵਲ ਮਨੁੱਖ ਦੇ ਸੁਪਨਿਆਂ ਤੇ ਪ੍ਰਸਥਿਤੀਆਂ ਦੇ ਲੰਬੇ ਤਣਾਅ ਚਿੱਤਰਣ ਵਾਲਾ ਵਾਰਤਕ ਵਿਰਤਾਂਤ ਹੈ ਪ੍ਰਸ਼ਨ ਦਸਵਾਂ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਕਿਹੜਾ ਹੈ ਆਪਸ਼ਨ ਚੌਥਾ ਸੁੰਦਰੀ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਸੁੰਦਰੀ ਹੈ ਪ੍ਰਸ਼ਨ 11ਵਾਂ ਪੰਜਾਬੀ ਦਾ ਪਹਿਲਾ ਨਾਟਕਕਾਰ ਕਿਹੜਾ ਹੈ ਆਪਸ਼ਨ ਦੂਸਰਾ ਈਸ਼ਵਰ ਚੰਦਰ ਨੰਦਾ ਪੰਜਾਬੀ ਦਾ ਪਹਿਲਾ ਨਾਟਕਕਾਰ ਈਸ਼ਵਰ ਚੰਦਰ ਨੰਦਾ ਹੈ ਪ੍ਰਸ਼ਨ 12 ਮਾ ਨਾਟਕ ਵਿੱਚ ਬਾਕੀ ਸਾਹਿਤ ਰੂਪਾਂ ਨਾਲੋਂ ਕਿਹੜਾ ਵੱਖਰਾ ਤੱਤ ਹੈ? ਆਪਸ਼ਨ ਤੀਸਰਾ ਰੰਗਮंच ਨਾਟਕ ਵਿੱਚ ਬਾਕੀ ਸਾਹਿਤ ਰੂਪਾਂ ਨਾਲੋਂ ਰੰਗਮंच ਵੱਖਰਾ ਤੱਤ ਹੈ। ਪ੍ਰਸ਼ਨ 13 ਮਾ ਲੋਹਾਕੁਟ ਨਾਟਕ ਦਾ ਲੇਖਕ ਹੈ? ਆਪਸ਼ਨ ਤੀਸਰਾ ਬਲਵੰਤ ਗਾਰਗੀ ਲੋਹਾਕੁਟ ਨਾਟਕ ਦਾ ਲੇਖਕ ਬਲਵੰਤ ਗਾਰਗੀ ਹੈ। ਪ੍ਰਸ਼ਨ 14 ਮਾ ਪੰਜਾਬੀ ਨਾਟਕ ਦੀ ਨੱਕੜ ਦਾਦੀ ਕੌਣ ਹੈ? অপশন ਪਹਿਲਾ ਨੋਰਾ ਰਿਚਰਡ ਪੰਜਾਬੀ ਨਾਟਕ ਦੀ ਨੱਕਰ ਦਾਦੀ ਨੋਰਾ ਰਿਚਰਡਸ ਨੂੰ ਮੰਨਿਆ ਜਾਂਦਾ ਹੈ ਪ੍ਰਸ਼ਨ 15ਵਾਂ ਪੰਜਾਬੀ ਨਾਟਕ ਨੂੰ ਪਿੰਡ ਪੱਧਰ ਤੱਕ ਲੈ ਜਾਣ ਵਾਲਾ ਨਾਟਕਕਾਰ অপশন ਤੀਸਰਾ ਗੁਰਸ਼ਰਨ ਸਿੰਘ ਪੰਜਾਬੀ ਨਾਟਕ ਨੂੰ ਪਿੰਡ ਪੱਧਰ ਤੇ ਤੱਕ ਲੈ ਕੇ ਜਾਣ ਵਾਲਾ ਨਾਟਕਕਾਰ ਗੁਰਸ਼ਰਨ ਸਿੰਘ ਹੈ ਰੇਖਾ ਚਿੱਤਰ ਕਿਸੇ ਦੀ ਜ਼ਿੰਦਗੀ ਦੀਆਂ ਘਟਨਾਵਾਂ ਦਾ ਹੁੰਦਾ ਹੈ অপশন ਦੂਸਰਾ ਕਲਾਤਮਕ ਬਿਆਨ ਰੇਖਾ ਚਿੱਤਰ ਕਿਸੇ ਦੀ ਜ਼ਿੰਦਗੀ ਦੀਆਂ ਘਟਨਾਵਾਂ ਦਾ ਕਲਾਤਮਕ ਬਿਆਨ ਹੁੰਦਾ ਹੈ ਪ੍ਰਸ਼ੰਸ タルਮਾ ਬਾਲ ਮਨੋਵਿਗਿਆਨ ਨਾਲ ਕਿਹੜੀ ਕਹਾਣੀ ਸਬੰਧਤ ਹੈ ਕੁਲਫੀ ਬਾਲ ਮਨੋਵਿਗਿਆਨ ਨਾਲ ਕੁਲਫੀ ਕਹਾਣੀ ਸਬੰਧਤ ਹੈ ਪ੍ਰਸ਼ਨ 18 ਮਾ ਪੰਜਾਬੀ ਸਾਹਿਤ ਦਾ ਮੁੱਢ ਵੱਜਾ 8ਵੀਂ 9ਵੀਂ ਸਦੀ ਤੋਂ ਆਪਸ਼ਨ ਚੌਥਾ ਪੰਜਾਬੀ ਸਾਹਿਤ ਦਾ ਮੁੱਢ 8ਵੀਂ 9ਵੀਂ ਸਦੀ ਤੋਂ ਵੱਜਾ ਪ੍ਰਸ਼ਨ 19ਵਾਂ ਨਾ ਧੁੱਪੇ ਨਾ ਛਾਂਵੇਂ ਦਾ ਲੇਖਕ ਹੈ ਆਪਸ਼ਨ ਚੌਥਾ ਹਰੀ ਭਜਨ ਸਿੰਘ ਨਾ ਧੁੱਪੇ ਨਾ ਛਾਂਵੇਂ ਦਾ ਲੇਖਕ ਹੈ ਹਰੀ ਭਜਨ ਸਿੰਘ ਪ੍ਰਸ਼ਨ 20 ਮਾ ਕਿਹੜੀ ਰਚਨਾ ਸਤਵੰਤ ਸਿੰਘ ਕਮਲਦੀ ਹੈ ਆਪਸ਼ਨ ਦੂਸਰਾ ਰੂਪ ਧਾਰਾ ਰੂਪ ਧਾਰਾ ਰਚਨਾ ਜਸਵੰਤ ਸਿੰਘ ਕਮਲਦੀ ਹੈ ਪ੍ਰਸ਼ਨ 22 ਮੈਂ ਇਹਨਾਂ ਵਿੱਚੋਂ ਕਿਹੜੀ ਰਚਨਾ ਸ਼ਿਵ ਕੁਮਾਰ ਬਟਾਲਵੀ ਦੀ ਨਹੀਂ ਆਪਸ਼ਨ ਚੌਥਾ ਅਲਵਿਦਾ ਤੋਂ ਪਹਿਲਾਂ ਅਲਵਿਦਾ ਤੋਂ ਪਹਿਲਾਂ ਰਚਨਾ ਸ਼ਿਵ ਕੁਮਾਰ ਬਟਾਲਵੀ ਦੀ ਨਹੀਂ ਹੈ ਬਾਕੀ ਸਾਰੀਆਂ ਸ਼ਿਵ ਕੁਮਾਰ ਬਟਾਲਵੀ ਦੀਆਂ ਹਨ ਪ੍ਰਸ਼ਨ 22 ਮੈਂ ਬਿੰਬ ਜਨਮ ਲੈਂਦਾ ਹੈ ਆਪਸ਼ਨ ਪਹਿਲਾ ਕਲਪਨਾ ਤੋਂ ਬਿੰਬ ਜਨਮ ਲੈਂਦਾ ਹੈ ਕਲਪਨਾ ਤੋਂ ਪ੍ਰਸ਼ਨ 23 ਮਾ ਸਾਹਿਤ ਦਾ ਮੁੱਖ प्रयोजन ਕੀ ਹੁੰਦਾ ਹੈ? ਆਪਸ਼ਨ ਚੌਥਾ ਸੂਝ ਸਿਰਜਨ। ਸਾਹਿਤ ਦਾ ਮੁੱਖ प्रयोजन ਸੂਝ ਸਿਰਜਨ ਹੁੰਦਾ ਹੈ। ਪ੍ਰਸ਼ਨ 24 ਮਾ ਰੇਖਾ ਚਿੱਤਰ ਕਿਸ ਸਾਹਿਤ ਰੂਪ ਦਾ ਅੰਗ ਹੈ? ਆਪਸ਼ਨ ਤੀਸਰਾ ਜੀਵਨੀ। ਰੇਖਾ ਚਿੱਤਰ ਜੀਵਨੀ ਸਾਹਿਤ ਰੂਪ ਦਾ ਅੰਗ ਹੈ। ਪ੍ਰਸ਼ਨ 25 ਮਾ ਦਿਨਾਂ ਦੇ ਆਧਾਰ ਤੇ ਕਾਵ ਰੂਪ ਰਚਿਆ ਜਾਂਦਾ ਹੈ। ਆਪਸ਼ਨ ਪਹਿਲਾ ਸਤਵਾਰਾ ਅਠਵਾਰਾ ਪੰਦਰਵਾੜਾ ਅਮੀਂਦਾ ਜੀ ਤੁਹਾਨੂੰ ਮੇਰਾ ਅੱਜ ਦਾ ਵੀਡੀਓ ਪਸੰਦ ਆਇਆ ਹੋਵੇਗਾ ਜੇਕਰ ਪਸੰਦ ਆਇਆ ਤਾਂ ਜਿਆਦਾ ਤੋਂ ਜਿਆਦਾ ਲਾਈਕ ਕਰਨਾ ਸ਼ੇਅਰ ਕਰਨਾ ਧੰਨਵਾਦ